ਸੰਤ ਹਮਾਰਾ ਗਹਿਣਾ ਹੈ ਜਿੰਦੇ ਮੇਰੀਏ, ਸੰਤ ਹਮਾਰਾ ਗਹਿਣਾ ਹੈ ਜਿੰਦੇ ਮੇਰੀਏ। ਸੰਤ ਮਾਰਾ ਗਹਿਣਾ ਹੈ ਜਿੰਦੇ ਮੇਰੀਏ, ਸੰਤ ਮਾਰਾ ਗਹਿਣਾ ਹੈ ਜਿੰਦੇ ਮੇਰੀਏ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਸਵਾਉ ਸਾ ਸੰਜੀ ਆਪਾਂ ਸਾਰੀ ਉਸ ਮਹਾਨ ਪਵਿੱਤਰ ਆਤਮਾ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਂਪੁਰਖ ਰਾੜਾ ਸਾਹਿਬ ਜਰਗ ਵਾਲੇ, ਉਹਨਾਂ ਦੇ ਜਨਮ ਨਗਰ ਸਮੂਹ ਪਰਿਵਾਰ ਗੁਰਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਮਿੱਠੀ ਔਰ ਨਿੱਘੀ ਯਾਦ ਨੂੰ ਮਨਾਉਂਦੇ ਹੋਏ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਔਰ ਵਿਚਾਰ ਤੋਂ ਲਾਹਾ ਪ੍ਰਾਪਤ ਕਰ ਰਹੇ ਹਾਂ। ਸੋ ਆਓ, ਕੈਸਾ ਜੀਵਨ ਸੀ ਮਹਾਂਪੁਰਖਾਂ ਦਾ ਜਿਸ ਵੇਲੇ ਤੋਂ ਇਸ ਨਗਰ ਨੂੰ ਛੱਡ ਕੇ ਵੱਡੇ ਔਰ ਛੋਟੇ ਸੰਤ ਜੀ ਮਹਾਰਾਜ ਜੀ ਦੇ ਹਜ਼ੂਰ ਪਹੁੰਚੇ ਜਥੇਦਾਰ ਮਹਾਰਾਜ। ਪਹਿਲੇ ਦਿਨ ਤੋਂ ਹੀ ਐਸੇ ਗੁਰੂ ਘਰ ਦੇ ਵਿੱਚ ਅਣਥੱਕ ਸੇਵਾ ਆਰੰਭੀ, ਇਹ ਆਪਾਂ ਸਾਰੇ ਜਾਣਦੇ ਹਾਂ। ਪਰ ਕੁਝ ਕੁ ਪੁਰਾਣੇ ਉਹਨਾਂ ਦੇ ਸਮਿਆਂ ਦੇ ਸਰੀਰ ਹੁੰਦੇ ਹੈ, ਉਹਨਾਂ ਦੇ ਕੋਲੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਦਿਨ ਭਰ ਰਾਤ ਇੱਕ ਕਰ ਦਿੱਤੀ ਸੇਵਾ ਔਰ ਸਿਮਰਨ ਦੇ ਲਈ। ਦਿਨ ਤੇ ਰਾਤ ਆਪਣੇ ਨਜ਼ਦੀਕ ਹੀ ਗੁਰਦੁਆਰਾ ਸ੍ਰੀ ਅਤਰਸਰ ਸਾਹਿਬ, ਸਾਡੇ ਵੱਡੇ ਪੁਰਖਿਆਂ ਦਾ ਆਪਣਿਆਂ ਦਾ ਉਹ ਤਪ ਸਥਾਨ ਹੈ, ਉੱਥੇ ਮਹਾਂਪੁਰਖ ਹੁਣ ਵੀ ਰਹਿੰਦੇ ਹੈ, ਸੰਤ ਬਾਬਾ ਰਤਨ ਸਿੰਘ ਜੀ ਮਹਾਂਪੁਰਖ। ਉਹ ਜਥੇਦਾਰ ਮਹਾਰਾਜ ਜੀ ਦੇ ਸਮੇਂ 'ਤੇ ਰਾੜਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਸੇਵਾ ਕਰਿਆ ਕਰਦੇ ਵੱਡੇ ਔਰ ਛੋਟੇ ਸੰਤ ਜੀ ਮਹਾਰਾਜ ਜੀ ਦੇ ਪਾਸ ਉਹ ਪ੍ਰਵਚਨ ਸੁਣਾਇਆ ਕਰਦੇ ਹੈ। ਇਹ ਤਕਰੀਬਨ 60-65 ਸਾਲ ਪੁਰਾਣੀ ਗੱਲ ਹੈ ਬਚਨ ਨੇ ਇਹ, ਜਿੱਥੇ ਹੁਣ ਭੋਰਾ ਸਾਹਿਬ ਹੈ ਵੱਡੇ ਸੰਤ ਜੀ ਮਹਾਰਾਜ ਜੀ ਦਾ, ਔਰ ਦਰਬਾਰ ਸਾਹਿਬ ਵਿਚਾਲੇ ਇੱਕ ਬਗੀਚੀ ਹੈ ਫੁੱਲਾਂ ਦੀ। ਉਸ ਜਗ੍ਹਾ 'ਤੇ ਜਥੇਦਾਰ ਮਹਾਰਾਜ ਜੀ ਆ ਕੇ ਰਾਤ ਦੇ ਸਮੇਂ ਜਦੋਂ ਸਾਰੇ ਸੇਵਾਦਾਰ ਗੁਰਸਿੱਖ ਆਪੋ ਆਪਣੀਆਂ ਕੁਟੀਆਂ ਦੇ ਵਿੱਚ ਜਾ ਕੇ ਆਰਾਮ ਵਸ ਹੋ ਜਾਂਦੇ,
ਤੇ ਜਥੇਦਾਰ ਮਹਾਰਾਜ ਜੀ ਨੇ ਕਰਨਾ ਕਿ ਉਸ ਜਗ੍ਹਾ ਤੇ ਆ ਕੇ ਰਾਤ ਦੇ ਸਮੇਂ ਚੌਂਕੜਾ ਮਾਰ ਕੇ ਬੈਠ ਜਾਣਾ, ਸਾਰੀ ਰਾਤ ਸਾਰੀ ਰਾਤ ਇੱਕ ਟਿੱਕ ਸਮਾਧੀ ਲਾ ਕੇ ਉੱਥੇ ਨਾਮ ਦਾ ਸਿਮਰਨ ਕਰਨਾ, ਕਰਨੀ ਰੱਬ ਦੀ ਬੰਦਗੀ। ਤੇ ਤਦ ਹੀ ਤਾਂ ਗੁਰਬਾਣੀ ਦੇ ਵਿੱਚ ਐਸਾ ਕਥਨ ਹੈ, ਇੱਕ ਜਥੇਦਾਰ ਮਹਾਰਾਜ ਜੀ ਦੀ ਇਹ ਦੀਵਾਨ ਦੀ ਕੈਸਟ ਹੈ, ਉਹਦੇ ਵਿੱਚ ਆਪ ਵੀ ਇਸ ਤਰ੍ਹਾਂ ਦੇ ਨਾਲ ਧਾਰਨਾ ਪੜ੍ਹਦੇ ਆ, ਉਹ ਸਾਰੇ ਆਪਾਂ ਪੜ੍ਹੀਏ ਭਾਈ। ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ, ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ, ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ, ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਤੇਰੇ ਪਿਆਰਿਆਂ ਦੀ। ਸਾਰੀ ਸਾਰੀ ਰਾਤ ਮਹਾਂਪੁਰਖਾਂ ਨੇ ਜਥੇਦਾਰ ਮਹਾਰਾਜ ਜੀ ਨੇ ਉੱਥੇ ਚੌਂਕੜਾ ਮਾਰ ਕੇ ਬੈਠਣਾ, ਅੰਮ੍ਰਿਤ ਵੇਲੇ ਜਦੋਂ ਉੱਠਣਾ, ਉੱਧਰ ਮਹਾਂਪੁਰਖ ਦੱਸ ਦਿੰਦੇ ਨੇ ਅੰਮ੍ਰਿਤਸਰ ਸਾਹਿਬ ਵਾਲੇ, ਕਹਿੰਦੇ ਅਸੀਂ ਮਿਲ ਜਾਣਾ ਕਿਤੇ ਕਿਤੇ। ਅਤੇ ਜਥੇਦਾਰ ਜੀ ਨੂੰ ਕਹਿਣਾ, ਜਥੇਦਾਰ ਜੀ ਕਮਾਲ ਕਰਤੀ, ਸਾਰੀ ਰਾਤ ਹੀ ਲੰਘਾਤੀ, ਸਾਰੀ ਰਾਤ ਹੀ ਲੰਘਾਤੀ, ਚੌਕੜਾ ਮਾਰੇ ਮਾਰ ਕੇ ਬੈਠ ਕੇ ਰੱਬ ਦੀ ਬੰਦਗੀ ਕਰਦੇ ਸੀ। ਅਤੇ ਅੱਗੋਂ ਜਥੇਦਾਰ ਜੀ ਮਹਾਰਾਜ ਜੀ ਨੇ ਕੀ ਕਹਿਣਾ, ਦੇਖਿਆ ਗਿਆਨੀ ਜੀ, ਕਹਿੰਦੇ ਐਂ ਚੁਟਕੀ ਮਾਰਦੇ, ਕਹਿੰਦੇ ਐਂ ਟਾਈਮ ਲੰਘ ਗਿਆ। ਦੇਖੋ ਉਹੀ ਸੰਤ ਜੀ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਰਹਿ ਕੇ ਜਿੱਥੇ ਦਿਨ ਦੇ ਵਿੱਚ ਸਾਰਾ ਸਾਰਾ ਦਿਨ ਭਾਵੇਂ ਜਥੇ ਦੇ ਵਿੱਚ ਜਾਂ ਹੋਰ ਜਿੱਥੇ ਕਿਤੇ ਵੀ ਸੇਵਾ ਦੀ ਜ਼ਰੂਰਤ ਹੁੰਦੀ, ਅੱਗੇ ਹੋ ਕੇ ਜਥੇਦਾਰ ਮਹਾਰਾਜ ਜੀ ਸੇਵਾ ਕਰਦੇ। ਅਤੇ ਰਾਤ ਦਾ ਸਮਾਂ ਕੀ ਕੈਸਾ ਸੀ ਇਹ ਉਹ ਪੁਰਾਣੇ ਮਹਾਂਪੁਰਖ ਦੱਸਦੇ ਨੇ ਉਹਨਾਂ ਦੇ ਨਾਲ ਰਹਿਣ ਵਾਲੇ। ਸੋ ਆਓ, ਸਤਿਗੁਰਾਂ ਦੀ ਰਹਿਮਤ ਹੋ ਰਹੀ ਹੈ,
ਤੇ ਸੈਂਕੜੇ ਫਿਰ ਐਸੇ ਪਰਿਵਾਰ ਮਿਲਦੇ ਆ ਕਹਿੰਦੇ ਅਸੀਂ ਜਦੋਂ ਦੇ ਵੀ ਜਥੇਦਾਰ ਮਹਾਰਾਜ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਗੁਰੂ ਦੇ ਨਾਲ ਜੋੜਦੇ। ਹੁਣ ਆਪਣੇ ਚੋਂ ਬਹੁਤ ਸਾਰੇ ਐਸੇ ਪ੍ਰੇਮੀ ਹੋਣੇ ਆ ਜਿਨ੍ਹਾਂ ਨੇ ਜਥੇਦਾਰ ਸਿੰਘ ਜੀ ਮਹਾਰਾਜ ਜੀ ਦੇ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋ। ਬਹੁਤ ਸਾਰੇ ਐਸੇ, ਕਈ ਕਹਿੰਦੇ ਆ ਕਿ ਆਪਣੇ ਨਾਲ ਨਹੀਂ, ਸਾਨੂੰ ਤਾਂ ਜੀ ਮਹਾਂਪੁਰਖਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਿਆ, ਅਤੇ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਕਿਵੇਂ ਸੇਵਾ ਕਰਨੀ ਹੈ। ਸੋ ਆਓ, ਰਹਿਮਤ ਦੇ ਪਾਤਰ ਉਹ ਪ੍ਰੇਮੀ ਬਣਦੇ ਹੈ ਜਿਹੜੇ ਹੁਕਮ ਦੇ ਵਿੱਚ ਰਹਿ ਕੇ ਸੇਵਾ ਕਰਦੇ ਆ। ਸੋ ਆਓ, ਇੱਥੇ ਵੀ ਜਥੇਦਾਰ ਮਹਾਰਾਜ ਦਾ ਪਰਿਵਾਰ, ਸਾਰੀਆਂ ਗੁਰਸਿੱਖ ਸੰਗਤਾਂ ਨੇ ਹਰ ਸਾਲ ਦੀ ਤਰ੍ਹਾਂ ਮਹਾਂਪੁਰਖਾਂ ਦੀ ਬਰਸੀ ਮਨਾਈ ਜਾ ਰਹੀ ਹੈ। ਸੋ ਆਓ, ਮਹਾਂਪੁਰਖ ਵੀ ਪਹੁੰਚ ਚੁੱਕੇ ਨੇ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਧਾਰਨਾ ਪੜੀਏ, ਉਸ ਤੋਂ ਉਪਰੰਤ ਆਪਾਂ ਮਹਾਂਪੁਰਖਾਂ ਦੇ ਪਾਸੋਂ ਕਥਾ ਕੀਰਤਨ ਸਰਵਣ ਕਰਕੇ ਲਾਹੀ ਪ੍ਰਾਪਤ ਕਰਨੇ, ਅਰਦਾਸ ਬੇਨਤੀ ਜੋਦੜੀ ਕਰਨੀ ਹੈ ਆਪਾਂ ਨੇ। ਹੇ ਪਤਿਤ ਪਾਵਨ ਭਗਤ ਬਚਲ ਦੀਨਾ ਬੰਧੂ, ਹੇ ਪ੍ਰਭੂ ਕਿਰਪਾ ਕਰੋ, ਜਿਵੇਂ ਜਥੇਦਾਰ ਮਹਾਰਾਜ ਦੇ ਵਕਤ ਅਖੀਰ ਤੱਕ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੇ ਨਾਲ ਨਿਭ ਗਈ, ਇਸੇ ਤਰ੍ਹਾਂ ਸਾਡੀ ਵੀ ਆਪ ਜੀ ਦੇ ਚਰਨਾਂ ਦੇ ਨਾਲ ਨਿਭ ਜਾਵੇ, ਇਹ ਹੀ ਆਪਾਂ ਨੇ ਧਾਰਨਾ ਪੜ੍ਹੀਆਂ ਕਰਨੀਆਂ। ਅਰਦਾਸ ਬੇਨਤੀ ਅਰਜੋ ਸਾਰੇ ਪੜ੍ਹਿਓ ਪਾਏ। ਨਿਭ ਜੇ ਵਾਹਿਗੁਰੂ, ਨਿਭ ਜੇ ਸਾਡੀ ਮੀਰਾ ਨਾਲ ਮੁਰੀਦਾਂ ਦੀ, ਨਿਭ ਜੇ ਵਾਹਿਗੁਰੂ, ਨਿਭ ਜੇ ਸਾਡੀ ਮੀਰਾ ਨਾਲ ਮੁਰੀਦਾਂ ਦੀ, ਚਰਨੀ ਲੱਗੇ ਆਂਦੀ ਓੜ ਨਿਵਾਸੀ ਸਤਿਗੁਰਾਂ ਦੀ, ਚਰਨੀ ਲੱਗੇ ਆਂਦੀ ਓੜ ਨਿਵਾਸੀ ਸਤਿਗੁਰਾਂ, ਚਰਨੀ ਲੱਗੇ ਚਰਨੀ ਨਿਵਾਦੀ ਸਤਿਗੁਰਾਂ ਦੀ, ਚਰਨੀ ਲੱਗਿਆਂ ਦੀ ਓੜ ਨਿਵਾਦੀ ਸਤਿਗੁਰਾਂ, ਚਰਨੀ ਲੱਗਿਆਂ ਚਰਨੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।